स्वागत है किसान वीरो तुहाडा अपने यूट्यूब चैनल ढिलो डेयरी फार्म बरनाला दे विच। सो जिहड़े किसान वीर अपने इस चैनल ते वीडियो पहली बार देख रहे हैं उन्होंने रिक्वेस्ट है कि अपने यूट्यूब चैनल नूं सबसक्राइब कर लियो। सो किसी भी वीर ने इदां दी ऐड करवाउणी होवे तां अपना नंबर है 8427-19817। सो अज्ज दी वीडियो विच आपां तिन्न नग दिखावांगे, तिन्ने सूइयां सूइयां पलून झोटी ते बूरी ते अगे फिर झोटी, ते तिन्न नग सेल आ। डिटेल वीर तों पुछदे इहनां बारे आपां। सत श्री अकाल भाई। सत श्री अकाल जी। हाँ जी वीरे, नाम एड्रैस दस्सो अपना। नाम सुखप्रीत वीर, पिंड बालियां वाली, ਜਿਲ੍ਹਾ ਬਠਿੰਡਾ। ਠੀਕ ਹੈ। ਮੋਬਾਈਲ ਨੰਬਰ ਵੀਰ ਆਪਣਾ 9787-53-168। ਪਹਿਲੇ ਨੰਬਰ ਆਪਣੀ ਪਲੂਨ ਕੱਟੀ ਦੇਖਦੇ ਪਏ ਆ, ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਹੋ ਗਏ ਵੀਰੇ 8 ਦਿਨ ਹੋ ਗਏ। ਬੱਚਾ ਮੇਲ ਹੀ ਆ? ਹਾਂ ਜੀ ਹਾਂ। ਸਾਰੀਆਂ ਪਿੱਛੇ ਕੱਟਿਆ? ਸਾਰੀਆਂ ਪਿੱਛੇ ਕੱਟੇ ਵੀਰੇ। 7 ਕਿ ਦਿਨ ਹੋ ਗਏ ਸੂਈ ਨੂੰ? ਹਨਾ ਹਾਂ ਜੀ। ਤੇ ਦੰਦੋ ਕਿਵੇਂ? ਦੰਦੋ 2 ਦੰਦ ਵੀਰੇ, ਜਮਾਰੀ ਜੀ 2 ਦੰਦ ਰਹੇ ਨਾਲ ਤੇ ਸਿੰਘ ਸੁੰਗ ਜਮਾ ਕੁੰਡਾ। ਹਨਾ ਜਮਾ ਕੋਕਾ ਹੀ ਆ ਬਸ। ਤੇ ਦੁੱਧ ਕਿੰਨਾ ਹੁਣ ਮੌਕੇ ਤੇ? ਦੁੱਧ ਵੀ 8 ਕਿਲੋ। ਹਾਜ਼ਰ ਹੈ ਜਮਾ? ਜਮਾ ਹਾਂ ਜੀ। ਤੇ ਲਗਭਗ ਮੰਨੇ 10 ਨੂੰ ਕ੍ਰਾਸ ਕਰ ਜੂ? 10 ਨੂੰ ਆਉਣਾ ਵੀਰੇ, ਮੈਂ ਕਹਿੰਦਾ ਆਪ 10 ਕਹੀ 8 ਕਿਲੋ ਆਪਣੇ ਘਰੋਂ ਪਹੁੰਚਾ ਡਾਂਗੇ ਚੋਲੇ। ਵੀ ਮੰਨ ਲਾ ਵੀ ਮਹੀਨਾ ਪਲੂਣ ਝੋਟੀ ਆਪਣੂੰ ਪਤਾ ਦੁੱਧ ਤੇ ਵਧੀਆ ਹਨਾ? ਦੇਣੀ ਦੇਣਾ ਨੇ ਲਾਜ਼ਮੀ ਪੱਕੀ ਦੇਣਾ। ਚੋਣ ਚਾਣ ਓਕੇ ਆ? ਜਮਾਇਣ ਮਹਾਂ ਵਧੀਆ ਦਿੰਨੇ। ਤੇ ਭਾਅ ਇਹਦਾ ਕੀ ਆ? ਭਾਅ ਇਹਦਾ ਵੀਰੇ 85,000 ਮਾਨਤਨ ਹੋ ਜਾਊਗਾ। ਮਾਨਤਨ ਤੋਰੀ ਬਾਰ ਨੂੰ। ਸੋ ਵੀਰੋ ਫੇਸ ਕੁਆਲਿਟੀ ਵਗੈਰਾ ਦੇ ਸਕਦੇ, ਬਿਲਕੁਲ ਰੈਂਕ ਸਿੰਘ ਤੇ 85,000 ਰੁਪਿਆ ਸਿਰਫ ਭਾਅ ਦਾ ਜੈਨੂ ਤੇ 85,000 ਰੁਪਿਆ ਭਾਅ ਇਹਦੇ ਵਿੱਚ ਵੀਰ ਮਾਨਤਨ ਕਰ ਦੂ। ਕੱਦ ਕਾਠ ਝੋਟੀ ਦਾ ਬਹੁਤ ਚੰਗਾ, ਢਿੱਲੇ ਵਾਲੂਗਾ ਸਾਫ ਸੁਥਰਾ ਤੇ ਚੁਆਈ ਚੁਈ ਵੀਰ ਦੱਸਦੇ ਪੂਰੀ ਹੋ ਗਿਆ। ਪਹਿਲਾਂ ਥੋੜਾ ਬੱਚੇ ਨੂੰ ਥੋੜਾ ਜਾਂਦੀ ਪਈ ਹੈਗੀ, ਥੋੜਾ ਖੋਈ ਜੀ ਕਰਦੀ ਆ। ਤੇ ਬਾਕੀ ਮੁਰ ਤੋਂ ਸਾਤੀ ਵਗੈਰਾ ਦੇਖੋ ਪਤਲੀ, ਤੇ ਰੇਟ ਵੀ ਬਿਲਕੁਲ ਜੈਨੂਨ 85,000 ਦੇ ਵਿੱਚ। ਕੋਈ ਬੰਦਾ ਆ ਗਿਆ ਹੱਥ ਧਰਾ ਦੇ ਕਿਸੇ ਪਾਸਿਓ, ਹੈ ਹੀ ਨਹੀਂ ਝੋਟੀ ਹੈ, ਪੱਠ ਫੁੜੇ ਦੀ ਬਣਤਰ ਤੇ ਕੁਆਲਿਟੀ ਵਗੈਰਾ ਪੂਰੀ ਫੁੱਲ ਆ। ਸੋ ਲੇਵਾ ਦੇਖੋ, ਹੁਣ ਸ਼ਾਮ ਦਾ ਟਾਈਮ ਆ, ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 3:30-4 ਦੇ ਲਗਭਗ ਦਾ ਟਾਈਮ ਹੈਗਾ, ਉਸ ਹਿਸਾਬ ਨਾਲ ਗੈਸ ਕਰ ਲਿਓ। ਠੀਕ ਹੈ। ਅਤੇ ਬਾਕੀ ਕੱਦ ਕਾਠ ਦੇਖੋ ਝੋਟੀ ਦਾ, ਪੂਰੇ ਚੰਗੇ ਕੱਦ ਕਾਠ ਦੇ ਵਿੱਚ 85,000 ਦੇ ਵਿੱਚੋਂ ਥੋੜ੍ਹਾ ਬਹੁਤਾ ਤੁਹਾਡਾ ਘਰ ਆਇਆ ਮਾਨਦਾਨ ਕਰ ਦੂ। ਪਰ ਝੋਟੀ ਆ ਮੰਨ ਕੇ ਚੱਲੋ ਵੀ ਸਾਰਾ ਸੂਆ ਦੁੱਧ ਪੀ ਕੇ, ਤੋਕੜ ਵੀ ਵਿਕਰੀ ਦੇ ਵਿੱਚ ਆ, ਕਿਉਂਕਿ ਨਵਾਂ ਹਾਣ ਆਪਾਂ ਨੂੰ ਪਤਾ ਨਵਾਂ ਹਾਣੀ ਹੁੰਦਾ। ਸੋ ਸਿੰਘ ਦੇਖੋ, ਬਿਲਕੁਲ ਕੁੰਡਾ ਜਿਹਨੂੰ ਕਹਿੰਦੇ ਪੰਜਾਬੀ ਰੁਪਈਆ ਲੰਘਦਾ ਗੱਲਾ ਸਿੰਘ ਵਿੱਚ ਦੀ। ਅਤੇ ਥਣ ਵਗੈਰਾ ਦੇਖ ਸਕਦੇ ਨੇੜ ਤੋਂ, ਪੂਰਾ ਸਾਫ਼ ਸੁਥਰਾ ਸੋਹਣਾ ਥਾਣਾ ਮੁੱਠੀ ਵਾਲਾ, ਚੰਗਾ ਚਵਾਈ ਹਲੇ। ਆਪਾਂ ਨੂੰ ਪਤਾ ਵੀ ਪਲੂਣ ਝੋਟੀ ਮਹੀਨਾ ਲੈ ਜਾਂਦੀ ਆ, ਦੁੱਧ ਦੇ ਦੂ 10 ਕਿਲੋ ਤੋਂ ਬਾਹਰ। ਅਤੇ ਪਰ ਕੁਆਲਿਟੀ ਝੋਟੀ 'ਚ ਪੂਰੀ ਫੁੱਲ ਆ ਜਮਾਂ। ਅਤੇ ਬਾਕੀ ਬਟਨ ਵਾਲੀ ਝੋਟੀ ਆ, ਹੈਨਾ ਬਟਨ ਵਾਲੀ ਝੋਟੀ ਆ, ਦੇਖੋ ਮਗਰ ਬਟਨ ਦਿਖਾਈ ਦਿੰਦੇ ਇਹਦੇ। ਅਤੇ ਨਵਾਂ ਹਾਣ ਜਮਾਂ ਰਹਿ ਨਾਲ 2 ਦੰਦ, ਦੰਦ ਚੈੱਕ ਆ ਵੀਰੇ ਜਮਾਂ? ਹਾਂ ਹਾਂ ਵੀਰੇ ਜਮਾਂ ਚੈੱਕ। ਅਤੇ ਦੂਜੇ ਨੰਬਰ 'ਤੇ ਬੂਰੀ ਮੱਝ ਦੇਖੀ ਜਾਂਦੇ ਆਪਾਂ, ਇਹ ਕਿਹੜਾ ਸੂਆ ਸੂਈ ਬਈ? ਚੌਥਾ ਸੂ ਸੀ ਬੱਚਾ, ਇਹਦੇ ਪਿੱਛੇ ਵੀ ਕੱਟਾਈ ਹੈ ਨਾ, ਪੂਸੇ ਹੀ ਟੁੱਟੀ ਵੀ ਆ। ਤੇ ਦੁੱਧ ਕਿੰਨਾ ਹੋਊ ਗਾ ਥੱਲੇ? ਦੁੱਧ ਵੀ 10 ਕਿਲੋ 9 ਕਿਲੋ ਕਹਿ ਕੇ ਦੇਵਾਂ, 9 ਕਿਲੋ ਆਪਣਾ ਕੇ ਚਾੜਾਂਗੇ ਚੋਲੇ। ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਵੀ ਹੋ ਗਿਆ 8 ਦਿਨ। 8 ਦਿਨ ਸੂਈ ਨੂੰ ਹੋ ਗਏ, ਚਵਾਈ ਚੁਈ ਓਕੇ ਜਮਾ? ਹਾਂ ਜੀ ਹਾਂ ਪੂਰੀ ਆ। ਤੇ ਹਵਾਨੇ ਤੇ ਨਾੜਾ ਨੂੜਾ ਚੰਗੇ ਆ ਵਧੀਆ ਹਨਾ? ਠੀਕ ਹੈ। ਤੇ ਇਹਦਾ ਭਾਅ ਕੀ ਆ? ਇਹਦਾ ਭਾਅ ਵੀ 87,000। ਠੀਕ ਹੈ, ਧੋਰੀ ਬਾਹਰ ਨੂੰ ਇਹਨੂੰ ਵੀ। ਸੁਬਰ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ, ਸਿੰਘ ਸੁੰਘ ਸਾਫ਼ ਆ ਅਤੇ ਸੂਆ ਜ਼ਰੂਰ ਹੈਗਾ ਚੌਥਾ। ਸੋ ਲੇਵਾ ਦੇਖੋ ਸਾਫ਼ ਸੁਥਰਾ, ਪੂਰਾ ਵਧੀਆ ਸੋਹਣਾ ਇਹਦਾ ਲੇਵਾ ਦਿਖਾਈ ਦਿੰਦਾ ਹੈਗਾ। ਅਤੇ ਚਵਾਈ ਵੀਰੇ 1 ਨੰਬਰ ਆ ਜਾਵਾਂ? ਠੀਕ ਹੈ, ਚੋਣ ਵਾਲੇ ਪਾਸੋਂ ਨਹੀਂ ਮੰਨ ਕੇ ਚਲੋ, ਬੇਫਿਕਰ ਹੋ ਗਿਆ ਜੇ ਬੰਦਾ ਹਨਾ। ਅਤੇ ਭਾਅ 87,000 ਇਹਦੇ ਵਿੱਚੋਂ ਮਾਨਦਾਨ ਹੋ ਜੂ, ਪਿਓਰ ਬੂਰੀ ਝੋਟੀ। ਜਿਹੜੇ ਵੀਰ ਨੇ ਮੰਨ ਕੇ ਚਲੋ ਬੂਰੇ ਬੱਚੇ ਲੈਣੇ, ਸੋ ਕਈ ਵਾਰ ਗੌਰ ਨਹੀਂ ਕਰੀ ਵੀ ਕਾਲੇ ਸਾਹਣ ਤੋਂ ਕ੍ਰੋਸ ਹੋ ਗਈ, ਬੂਰੇ ਸਾਹਣ ਤੋਂ ਕ੍ਰੋਸ ਕਰਵਾ ਲਈ ਆਪਾਂ, ਮੰਨ ਕੇ ਚਲੋ ਬੂਰੇ ਬੱਚੇ ਵਧੀਆ ਦੇ ਦੂ। ਅਤੇ ਦੁੱਧ ਮੰਨ ਕੇ ਚੱਲੀਏ ਵੀਰੇ ਕਿੰਨਾ ਕੁ ਪਾ ਦੂਗੀ? 13 ਕਿਲੋ 12 ਕਿਲੋ। ਠੀਕ ਹੈ। ਅਤੇ 87,000 ਦੇ ਵਿੱਚੋਂ ਮਾਨਦਾਨ ਹੋ ਜੂ, ਰੇਟ ਬਿਲਕੁਲ ਵੀਰ ਨੇ ਜੈਨੂਨ ਜੇ ਮੰਗੇ ਹੈਗੇ। ਅਤੇ ਬਾਕੀ ਪਤਲੀ ਚਮੜੀ ਦੇ ਵਿੱਚ ਆ ਗਈ। ਅਤੇ ਵੀਰੇ ਤੀਜੇ ਨੰਬਰ ਜਿਹੜੇ ਪਏ ਇਹ ਝੋਟੀ ਦੇਖੀ ਜਾਂਦੇ ਆ, ਇਹ ਕਿਹੜਾ ਸੂਆ ਸੂਈ ਹੈ? ਵੀਰੇ ਦੂਸਰਾ ਸੂਆ ਸੂਈ ਹੈ। ਠੀਕ ਹੈ, ਤੇ ਮੈਂ ਚੌਥਾ ਦੇਣਾ ਸੂਈ ਮੇਰੇ ਸਾਨੂੰ ਚੌਕੀ ਸਿੱਕੀ ਹੋਊਗੀ ਵੀ? ਹਾਂ ਦੰਦ ਆਪਾਂ ਦੇਖਣੇ, ਮੈਂ ਕਹਿ ਰਹੀ ਵੀਰੇ ਉਹਦੇ ਆਪਾਂ ਦੇਖੀ ਜੋ 2 ਦੰਦਾਂ ਦੀ। ਠੀਕ ਹੈ, ਆਪਾਂ ਦੇਖਣੇ ਸਿੰਘ ਸਾਹ ਸੋਹਣਾ ਇਹਦਾ ਵੀ ਹਨਾ? ਹਾਂ ਜੀ ਹਾਂ, ਕੱਦ ਕੁੱਦ ਫੁੱਲ ਆ ਵੀਰੇ, ਪਿੱਠ ਪੁੜੇ ਦੀ। ਦੁੱਧ ਕਿੰਨਾ ਹੁਣ ਥੱਲੇ? ਦੁੱਧ ਵੀਰੇ ਹੁਣ ਹੋਊ 10 ਕਿਲੋ 9 ਕਿਲੋ ਕਹਿ ਕੇ ਦੇਵਾਂਗੇ, ਬਾਹਲੋ ਹੀ ਆ ਜਾਂਦਾ। ਠੀਕ ਹੈ। ਤੇ ਚੁਆਈ ਚੁਈ 1 ਨੰਬਰ ਆ ਜਾਵਾਂ? 1 ਨੰਬਰ ਜਾਵਾਂ ਵੀਰੇ, 1 ਨੰਬਰ। ਠੀਕ ਹੈ। ਸੋ ਥਣ ਮੁੱਠੀ ਵਾਲਾ ਸੋਹਣਾ, ਤੇ ਬੱਚਾ ਇਹਦੇ ਵਿੱਚ ਵੀ ਕੱਟਾ ਜਾ ਹਨਾ, ਇਹਦਾ ਭਾਅ ਕੀ ਆ? ਇਹਦਾ ਭਾਅ ਵੀਰੇ 90,000 ਚ ਮਾਨਦਾਨ ਕਰਦੇ ਆ, ਤੋਰੀ ਬਾਹਰ ਨੂੰ। ਸਬਰ ਤੀਜੇ ਨੰਬਰ ਤੇ ਦੂਸਰਾ ਸੂਆ ਝੋਟੀ ਸੂਈ ਵੀ ਆ, ਤੇ ਕੱਦ ਕਾਠ ਪੂਰਾ ਫੁੱਲ ਆ, ਜਿਹੜੇ ਹਿਸਾਬ ਨਾਲ ਕੱਦ ਆ ਤੇ ਪੂਰੀ ਸਾਫ਼ ਸੁਥਰੀ ਆ ਝੋਟੀ। ਤੇ ਨਵਾਂ ਹਾਣਾ, ਦੂਜਾ ਸੂਆ ਜੈਨੂਨ, ਇੱਕ ਤਾਂ ਹੁੰਦਾ ਵੀ ਦੂਜਾ ਕਹਿਦਾ ਤੇ ਹੂ ਭਾਈ ਚੌਥਾ, ਦੂਜਾ ਸੂਆ ਜੈਨੂਨ ਆ ਝੋਟੀ ਜਮਾਂ। ਤੇ ਮੁੱਲ ਵੀਰ ਨੇ ਕੀਤਾ 90,000 ਰੁਪਇਆ। ਸੋ ਕੱਦ ਕਾਠ ਦੇ ਵਿੱਚ ਪੂਰੀ ਆ ਜਮਾਂ, ਤੇ ਚਵਾਈ ਚੁਈ ਵੀਰੇ 1 ਨੰਬਰ ਆ ਜਮਾਂ। ਤਿੰਨੇ ਪੁੱਛਾਂ 'ਚ ਬੇਫਿਕਰ ਹੋ ਗਿਆ ਜੇ, ਮੰਨ ਕੇ ਚੱਲ ਵੀ ਖਾਲੀ ਮੁੜਦਾ ਨਹੀਂ ਬੰਦਾ। ਸੋ 3 ਨਾਗ ਵੀਰ ਕੋਲ ਸੇਲ ਆ, 3 ਦੇ ਵਿੱਚੋਂ ਬੂਰੀ ਮੱਝ ਵੀ ਹੋਰ ਵੀ ਬਾ ਲਿਆ ਮੋੜ ਲਿਆ ਵੀਰੇ, 3 ਪਿੱਛੇ ਬੱਚੇ ਮੇਲ ਕਾਫ ਆ, 85 ਦਾ ਭਾਅ, 87 ਦਾ ਭਾਅ ਤੇ 90 ਦਾ ਭਾਅ। 3 ਨਾਗ ਵੀਰ ਕੋਲ ਬਕਾਊਗਾ, ਪਿੰਡ ਵੀਰ ਦਾ ਹੈਗਾ ਗਾ ਬਾਲਿਆਂ ਵਾਲੀ, ਰਾਮਪੁਰਾ ਸ਼ਹਿਰ ਤੋਂ 7-8 ਕਿਲੋਮੀਟਰ ਦੂਰੀ ਦੇ ਪਿੰਡ ਹੈਗਾ। ਸੋ ਪਹਿਲੇ ਨੰਬਰ 'ਤੇ 85,000 'ਚ ਪਲੂਣ ਝੋਟੀ ਜਾਵਾਂ, 75,000 ਦੀ 3 ਮਹੀਨੇ ਤੋਕੜਾ ਬਣ ਬਹਿ ਕੇ ਜਾਂਦੀ ਹੈ ਇਹ ਜੀ।
ਤੇ ਬੂਰੀ ਮਾਝ ਅੱਗੇ ਤੇ ਨੰਬਰ ਬੋਲ ਦੀ ਭਰਾ ਦੁਬਾਰੇ ਆਪਣਾ ਨੰਬਰ 9885 5152 ਸੋ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਹੋਵੇ ਇਸ ਨੰਬਰ ਤੇ ਕਨੈਕਟ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਹੋਰ